गुड मॉर्निंग गाइस, स्वागत है एक और नए व्लॉग दे विच। ते आज किन्ने दिन बाद व्लॉग दी आपां मैं करती स्टार्टिंग। ते पहलो इन्ने दे आप नहीं पाया पी पहलो एक घरे फंक्शन ही थोड़ा जिहा घरे नहीं मतलब नानके ही मामे घरे मामे दे मुंडे दी मैरिज सी मामे दी मैरिज सी मामे दे मुंडे दी नहीं। ते बाद फिर मैं ही ठीक हाँ बीमार जा हो गया हाँ ठंड लग गई। ते दो तीन दिन वैसे दिल ना किया बनाने घरे जी जन लगन दिया। ते हुण मैं अज वेले हाँ स्टार्ट कर दिए व्लॉग। ते हुण आपां जाण दे हैगे प्रदीप घर। ते प्रदीप नूं अंदर जाके मिलदे हाँ। ते सवेर दे मेरे ख्याल नाल किन्ना टाइम होया 11 बज गए आ। ते हुण उहनां उधरों मिलदे हाँ मैनूं आ पाए अंदर बड़ा अंधेरा किया है की डे करना बत्ती जगा ਇਹ ਕਿਹੜੀ ਵੈਬ ਅੱਛਾ ਲੋਨਾ ਹੋਮਸ ਟੂ ਆਪਾਂ ਤੇ ਪਹਿਲਾਂ ਵੇਖ ਲਈ ਆ। ਤੇ ਯਾਰ ਮੋਟੂ ਪਤਲੂ ਦੋਨੋਂ ਬੈਠੇ ਹੈਗੇ ਆ ਮੋਚੂ ਪਚੂ ਕੀ ਜੋਈ ਓਏ ਉਹ ਜੱਟਾਂ ਦਾ ਕੀ ਕਰ ਜਾ ਮੋ ਬੰਬ ਖੜਾ ਹੋਈ ਥੋੜਾ ਜਿਹਾ ਤਾਂ ਕਿਉਂ ਖਲੋਈ ਖਲੋਈ ਐ ਕਿਉਂ ਲੈ ਸੋਹਣਾ ਮੁੰਡਾ ਨਹੀਂ ਦਿਖਾਉਣਾ ਸੋਹਣਾ ਮੁੰਡਾ ਆਵੇ ਬੜਾ ਤਿਆਰ ਹੋਇਆ ਟਾਈਮ ਸੇਰੀ ਇਦਾਂ ਹੀ ਆ ਫਿਰ ਰੈਡੀ ਰਹੀਦਾ ਹਾਂ ਹਾਂ ਮੈਨਾਂ ਫਿਰ ਆਓ ਛੱਡ ਆਈਏ ਕਾਪੀਰਾਈਟ ਆ ਮਿੱਤਰੋ ਜਾਣ ਡੈ ਪਏ ਆ ਬਾਗ ਬੁੱਢੇ ਸਾਹਿਬ ਮੱਥਾ ਟੇਕਣ। ਤੇ ਸ਼ਾਮਾ ਹੀ ਪੈ ਗਿਆ ਜੋ ਅਸੀਂ ਮੇਰੇ ਖਿਆਲ ਨਾਲ 2 ਵਜੇ ਦੇ ਤੁਰੇ ਹਾਂ। 2 ਵਜੇ ਤੁਰਦੇ ਤੁਰਦੇ ਤੇ ਮੇਰੇ ਖਿਆਲ 3:30 ਹੋ ਗਏ ਆ ਪਹਿਲੋਂ। ਫਿਰ ਬਾਅਦ 'ਚ ਹੋਰ ਕੋਈ ਕੰਮ ਪੈ ਗਿਆ ਉਹਨੂੰ ਚੱਲ ਗਏ। ਤੇ ਹੁਣ ਇੱਥੇ 2 ਮਿੰਟ ਖਲੋਤੇ ਸੀ ਉਹਨਾਂ ਪਤਾ ਨਹੀਂ ਕੋਈ ਸਮਾਨ ਡਿੱਗ ਗਿਆ ਸੀ ਉਹ ਫੜਨ ਡੇ ਆ। ਤੇ ਉੱਥੇ ਜਾ ਕੇ ਉਹਨਾਂ ਮਿਲਦੇ ਆ ਨਾਲ ਉਹ ਬਾਹਰ ਉਹ ਵੇਖੋ ਆਉਣ ਡੇ ਆ। ਤੇ ਬਾਅਦ 'ਚ ਅਸੀਂ ਸ਼ੇਕ ਸ਼ੂਕ ਪੀ ਕੇ ਪਹਿਲੋਂ ਹੋਰ ਕਿਤੇ ਗਏ ਹਾਂ। ਬਾਅਦ ਫਿਰ ਉੱਥੇ ਰਾਣੀ ਕਾ ਬਾਗ ਸ਼ੇਕ ਪੀਣ ਡਾ ਪਏ। ਤੇ ਬਾਅਦ ਫਿਰ ਹੁਣ ਤੁਰਨ ਲੱਗੇ ਆ ਤੇ ਸ਼ਾਮਾਂ ਪੈ ਗਈਆਂ ਹੁਣ ਘੰਟਾ ਤੇ ਲੱਗੂਗਾ ਹੀ ਜਾਣ ਤੇ ਭਲਕੇ ਆਉਣਾ ਹੁਣ ਤੇ ਆ ਹੀ ਜਾਣਾ ਸ਼ਾਮਾਂ ਨੂੰ ਮੇਰੇ ਘਰ ਰਾਤ ਨੂੰ ਤੇ ਆ ਕੇ ਆ ਵੀ ਬੰਦੇ ਆ ਤੇ ਇਹਨਾਂ ਦੀ ਮਿਹਰ ਰਹੀ ਹੁਸਨ ਦੀ ਨਾ ਨਾ ਨਹੀਂ ਹਣਾ ਕੋਈ ਨਹੀਂ ਜਾ ਤੂੰ ਮਰਦੇ ਆਪਣੀ ਵਿਖਾ ਲਈਏ ਲੋ ਲੋ ਧਮਿੰਦਰ ਲੱਗਦਾ ਨਾ ਥੋੜਾ ਥੋੜਾ ਵੇਖੋ ਤੂੰ ਨਾ ਵੇਸਤੀ ਨਾ ਕਰ ਮੇਰੀ ਮਿੱਤਰੋ ਆ ਗਏ ਬਾਬਾ ਬੁੱਢਾ ਸਾਹਿਬ ਤੇ ਮੱਥਾ ਮੁੱਥਾ ਟੇਕਦੇ ਹਾਂ ਦਰਸ਼ਨ ਕਰਦੇ ਹਾਂ ਤੇ ਨਾਲ ਤੁਹਾਨੂੰ ਵੀ ਕਰਾਉਂਦੇ ਜੇ ਕੋਈ ਕਲਿੱਪ ਬਣੀ। ਤੇ ਦੇਖੋ ਨੀਲਾ ਸ਼ਾਹਰਾ ਯਾਰ ਦੇਖੋ ਆ ਗਏ ਆਪਾਂ ਤੇ ਮੱਥਾ ਮੁੱਥਾ ਟੇਕਦੇ ਹਾਂ ਤੇ ਨਾਲੇ ਕਰਾਉਂਦੇ ਤੁਹਾਨੂੰ ਦਰਸ਼ਨ। ਆਵਾਜ਼ ਨਹੀਂ ਨਿਕਲਦੀ ਤਾਂ ਕਰਦਾ ਵਾ ਆਪਾਂ ਮੱਥਾ ਮੁੱਥਾ ਟੇਕ ਕੇ ਆ ਗਏ ਹਾਂ।
ਤੇ ਉਹ ਸਾਰੇ ਜਾਣੇ ਗੱਡੀ 'ਚ ਬੈਠੇ ਆ ਤੇ ਹਨੇਰਾ ਬੜਾ ਹੋ ਗਿਆ ਹੁਣ ਤੇ ਤੁਰਨ ਲੱਗੇ ਹੁਣ ਵੇਖੋ ਕੀ ਕਰਦੇ ਆ ਕਿ ਉਹ ਆਉਂਦੇ ਆ ਵੀ ਮਾਮੇ ਘਰੇ ਜਾਣਾ ਵਾ ਅਸੀਂ ਆ ਸਾਡੇ ਘਰ ਜਾਣਾ ਵਾ ਵੇਖੋ ਹੁਣ ਕੀ ਕਿੱਧਰ ਨੂੰ ਜਾਂਦੇ ਆ ਅਸੀਂ ਤੁਹਾਨੂੰ ਇੱਕ ਨੰਬਰ ਕਰਕੇ ਆਏ ਸੈਗੇ ਹਾਂ ਅਤੇ ਮੱਥਾ ਟੇਕ ਕੇ ਅਤੇ ਚਲੋ ਮਿਲਦੇ ਹੁਣ ਵੇਖ ਤੇ ਕਿੱਧਰ ਨੂੰ ਜਾਂਦੇ ਆਪਾਂ ਬਾਅਦ 'ਚ ਇਗਨੋਰ ਮਾਈ ਹਾਲਤ ਤਾਰਾ ਛਦਾਈ ਜਿਹਾ ਬਣਿਆ ਲਿਪ ਸਵੇਰ ਦਾ ਇਹਨੂੰ ਕਦੀ ਉਹਨੂੰ ਕਦੀ ਇਹਨੂੰ ਕਦੀ ਉਹਨੂੰ ਚਲੋ ਮਿਲਦੇ ਤੁਹਾਨੂੰ ਬਾਅਦ ਫਿਰ ਤੇ ਬਾਈ ਮਿੱਤਰੋ ਆਹ ਵਾਲੇ ਵਲੋਗ ਦੀ ਆਪਾਂ ਕਰਨ ਲੱਗੇ ਐਂਡਿੰਗ ਮਤਲਬ ਕਿ ਕਲਿੱਪ ਬਾਅਦ 'ਚ ਬਣਾਉਂਦੇ ਹਾਂ ਮੈਂ ਪਹਿਲੋਂ ਉਦੋਂ ਬਣਾਈ ਨਹੀਂ ਅਤੇ ਉੱਥੇ ਫਿਰ ਜਿੱਦਾਂ ਤੁਹਾਨੂੰ ਦੱਸਿਆ ਵੀ ਉੱਧਰ ਜਾਣਾ ਸੀ ਕਿ ਉੱਧਰ ਮਾਮੇ ਉਹਦੇ ਰਘੂ ਘਰ ਦੇ ਘਰ ਆਉਣਾ ਸੀ ਅਤੇ ਫਿਰ ਅਸੀਂ ਉਹਨੂੰ ਚੱਲ ਗਏ ਰਘੂ ਦੇ ਮਾਮੇ ਘਰ ਲਾਹ ਪਾ ਇਹਨਾਂ ਨੇ ਮੇਰੀ ਬੜੀ ਕੀਤੀ ਮੈਂ ਇਹਨਾਂ ਘਰ ਜਾਣਾ ਸੀ ਜਾਂ ਤਾਂ ਮੈਂ ਉਹਨੂੰ ਜਾਣਾ ਫਿਰ ਮੈਂ ਹਾਰ 'ਚ ਗਿਆ ਇਹਨਾਂ ਦੇ ਅਤੇ ਫਿਰ ਉਹਨੂੰ ਗਏ ਅਤੇ ਉੱਥੇ ਕੋਈ ਕਲਿੱਪ ਬਣਾਈ ਨਹੀਂ ਅਤੇ ਹੁਣ ਮੈਂ ਵਲੋਗ ਦੀ ਐਂਡਿੰਗ ਕਰ ਦਈਏ ਅਤੇ ਤੁਸੀਂ ਵਿੱਚ ਆਉਂਦੇ ਨਹੀਂ ਆਉਂਦੇ ਅਤੇ ਮਿਲ ਤੁਹਾਨੂੰ ਅਗਲੇ ਵਲੋਗ 'ਚ ਬਾਏ।